ਗੁਰੂ ਪਿਆਰ ਵਾਲਿਓ, ਜਿਹੜੀਆਂ ਬੇਨਤੀਆਂ ਅੱਜ ਆਪਾਂ ਸਾਂਝੀਆਂ ਕਰਨੀਆਂ ਨੇ, ਇਹ ਬਹੁਤ ਜ਼ਰੂਰੀ ਬੇਨਤੀਆਂ ਨੇ। ਸੋ ਗੁਰਮੁਖ ਪਿਆਰਿਓ, ਸਭ ਤੋਂ ਵੱਧ ਵਿਸ਼ਾ ਇੱਥੇ ਚਰਚਾ ਦਾ ਕਿਹੜਾ ਬਣਿਆ ਹੋਇਆ ਕਿ ਅੰਮ੍ਰਿਤਪਾਲ ਹੁਣ ਲੱਭੇ ਕਿਵੇਂ, ਅੰਮ੍ਰਿਤਪਾਲ ਨੂੰ ਖੋਜੀਏ ਕਿਵੇਂ, ਅੰਮ੍ਰਿਤਪਾਲ ਕਿੱਥੋਂ ਲੱਭੇ ਅਤੇ ਅੰਮ੍ਰਿਤਪਾਲ ਨੂੰ ਕਿੱਦਾਂ ਲੱਭੀਏ, ਅੰਮ੍ਰਿਤਪਾਲ ਕਿੱਦਾਂ ਲੱਭੇਗਾ। ਸੋ ਗੁਰਮੁਖ ਪਿਆਰਿਓ, ਇਹ ਵਿਸ਼ਾ ਸਭ ਤੋਂ ਵੱਡਾ ਬਣਿਆ ਹੋਇਆ। ਸੋ ਇਸ ਵਿਸ਼ੇ 'ਤੇ ਮੈਂ ਕੁਝ ਬੇਨਤੀਆਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਸਾਰੇ ਜਾਣੇ ਫਤਿਹ ਬੁਲਾਓ, ਪਹਿਲਾਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਸਭ ਤੋਂ ਵੱਡਾ ਅੱਜ ਚੈਲੰਜ ਬਣਿਆ ਹੋਇਆ ਅੰਮ੍ਰਿਤਪਾਲ, ਚਾਹੇ ਪੰਜਾਬ ਸਰਕਾਰ ਦੀ ਸਿਰਦਰਦੀ, ਚਾਹੇ ਪੰਜਾਬ ਪ੍ਰਸ਼ਾਸਨ ਦੀ। ਅੰਮ੍ਰਿਤਪਾਲ ਕਿੱਥੇ ਹੈ, ਕਿਵੇਂ ਲੱਭੀਏ, ਕਿਹੜਾ ਸੁਰਾਖ, ਕਿਹੜੀ ਕੜੀ ਨੂੰ ਖੰਗਾਲੀਏ ਕਿ ਅੰਮ੍ਰਿਤਪਾਲ ਲੱਭ ਜਾਏ, ਅੰਮ੍ਰਿਤਪਾਲ ਕਿਵੇਂ ਲੱਭੇ, ਕਿਉਂਕਿ ਨਾ ਹੀ ਤਾਂ ਕੋਈ ਦੱਸਣ ਵਾਲਾ ਅਤੇ ਨਾ ਹੀ ਉਹਦਾ ਕੋਈ ਲੋਕੇਸ਼ਨ ਟਰੇਸਿੰਗ ਹੈ, ਅਤੇ ਨਾ ਹੀ ਕੋਈ ਅਜਿਹੀ ਚੀਜ਼ ਹੈ ਪੁਖਤਾ ਵੀ ਉੱਥੇ ਬੈਠਾ ਜਾ ਕੇ ਉੱਥੋਂ ਫੜ ਲੈਣਾ, ਉੱਥੋਂ ਗ੍ਰਿਫਤਾਰੀ ਹੋ ਜਾਣੀ ਹੈ। ਕੁਝ ਚੀਜ਼ਾਂ ਨੇ ਇਹਦੇ ਵਿੱਚ ਸੋਚਣ ਵਾਲੀਆਂ, ਯਾਦ ਰੱਖਿਓ। ਕੁਛ ਵਿਸ਼ੇ ਦੇ ਆਧਾਰ 'ਤੇ ਮੈਂ ਬੇਨਤੀਆਂ ਸਾਂਝੀਆਂ ਕਰ ਰਿਹਾ ਪਿਆਰਿਓ, ਕਿ ਅੰਮ੍ਰਿਤਪਾਲ ਐਡਾ ਵੱਡਾ ਵਿਸ਼ਾ ਨਹੀਂ ਜਿੰਨਾ ਵੱਡਾ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਥਾਂ ਥਾਂ 'ਤੇ ਨਾਕੇ, ਥਾਂ ਥਾਂ 'ਤੇ ਚੁੰਗੀਆਂ ਆ ਬਣਾ ਕੇ ਜੋ ਬੈਠੇ ਨੇ ਨਾ, ਇਹ ਸਾਨੂੰ ਦੱਸਣ ਦੇ ਲਈ ਹੈ, ਇਹ ਸਾਨੂੰ ਅਹਿਸਾਸ ਕਰਾਉਣ ਦੇ ਲਈ ਹੈ ਕਿ ਅੰਮ੍ਰਿਤਪਾਲ ਬਹੁਤ ਵੱਡਾ ਆਤੰਕਵਾਦੀ ਹੈ, ਅੰਮ੍ਰਿਤਪਾਲ ਦੇਸ਼ ਧਰੋਹੀ ਹੈ, ਅੰਮ੍ਰਿਤਪਾਲ ਇੱਕ ਅਜਿਹੀ ਤਾਕਤ ਦਾ ਬੰਦਾ ਹੈ ਜੋ ਸਾਡੇ ਲਈ ਖਤਰਾ ਹੈ। ਸਾਨੂੰ ਦੱਸਿਆ ਜਾ ਰਿਹਾ, ਸਾਨੂੰ ਦਰਸਾਇਆ ਜਾ ਰਿਹਾ, ਇਹ ਸਾਡੇ ਮਨ ਦੇ ਵਿੱਚ ਪੱਕੀ ਗੱਲ ਪਾਈ ਜਾ ਰਹੀ ਹੈ ਕਿ ਤੁਸੀਂ ਅੰਮ੍ਰਿਤਪਾਲ ਦੇ ਜੇ ਹੱਕ ਦੇ ਵਿੱਚ ਉਹਨਾਂ 'ਤੇ ਆਪਣਾ ਰਾਏ ਬਦਲ ਦਿਓ, ਆਪਣਾ ਰਸਤਾ ਬਦਲ ਦਿਓ, ਨਹੀਂ ਫਿਰ ਹਸ਼ਰ ਤੁਹਾਡਾ ਵੀ ਇਹੀ ਹੋਣਾ ਹੈ। ਇਹ ਸੰਕੇਤ ਨੇ ਸਾਡੇ ਲਈ। ਵਾਰ ਵਾਰ ਅੰਮ੍ਰਿਤਪਾਲ ਦੇ ਇਰਦ ਗਿਰਦ ਕਹਾਣੀ ਕਿਉਂ ਘੁੰਮਦੀ ਹੈ, ਕਦੇ ਤਾਂ ਉਹਨੂੰ ਵਿਸਾਖੀ 'ਤੇ ਸਰੈਂਡਰ ਕਰਨ ਦੇ ਲਈ ਕਿਹਾ ਜਾਂਦਾ ਜੀ ਉਹ ਵਿਸਾਖੀ 'ਤੇ ਸਰੈਂਡਰ ਕਰੇਗਾ, ਕਦੇ ਉਸਨੂੰ ਇਹ ਕਿਹਾ ਜਾਂਦਾ ਕਿ ਜੀ ਉਹ ਪਾਕਿਸਤਾਨ ਭੱਜ ਗਿਆ, ISI ਦਾ ਬੰਦਾ, ਕਦੇ ਉਹਨੂੰ ਇਹ ਕਿਹਾ ਜਾਂਦਾ ਜੀ ਉੱਤਰਾਖੰਡ ਵੱਗ ਗਿਆ ਜੀ, ਉਹ ਪਾਕਿਸਤਾਨ ਭੱਜ ਗਿਆ ਜੀ, ਉਹ UP ਭੱਜ ਗਿਆ ਜੀ, ਉਹ ਤਾਂ ਇੰਗਲੈਂਡ ਭੱਜ ਗਿਆ ਜੀ, ਉਹ ਭਗੌੜਾ ਜੀ, ਅਤੇ ਸਿੰਘ ਡਰਦੇ ਨਹੀਂ ਹੁੰਦੇ, ਸਿੰਘ ਗ੍ਰਿਫਤਾਰੀਆਂ ਦਿੰਦੇ ਨੇ। ਇਹ ਪਤਾ ਨਹੀਂ ਚੀਜ਼ਾਂ ਕਿੱਥੋਂ ਪ੍ਰਚਾਰੀਆਂ ਜਾ ਰਹੀਆਂ ਨੇ। ਇਹ ਜਿਹੜਾ ਡਰ ਦਾ ਮਾਹੌਲ ਹੈ ਨਾ ਪੈਦਾ ਕੀਤਾ ਗਿਆ ਪੰਜਾਬ ਦੇ ਵਿੱਚ, ਇਹ ਸਾਡੀ ਹੋਂਦ ਨੂੰ ਮਿਟਾਉਣ ਦੀ ਨਿਸ਼ਾਨੀ ਹੈ। ਇਹ ਸਿੱਖਾਂ ਦੀ ਸਭ ਤੋਂ ਵੱਡੀ ਵਿਰੋਧਤਾ ਹੈ, ਇਹ ਸਿੱਖਾਂ ਦੇ ਉੱਪਰ ਸਭ ਤੋਂ ਵੱਡਾ ਇੱਕ ਕਾਨੂੰਨ ਹੈ ਜੋ ਥੋਪਿਆ ਜਾ ਰਿਹਾ ਹੈ ਕਿ ਸਿੱਖੋ, ਯਾਦ ਰੱਖੋ ਕਿ ਆਖਰਕਾਰ ਨਾ ਹੀ ਤੁਹਾਡਾ ਰਾਜ ਬਣਿਆ ਸੀ ਅਤੇ ਨਾ ਹੀ ਬਣਨਾ, ਅਤੇ ਨਾ ਹੀ ਅਸੀਂ ਤੁਹਾਨੂੰ ਬਣਨ ਦਵਾਵਾਂਗੇ, ਅਤੇ ਨਾ ਹੀ ਇਹ ਸਭ ਕੁਛ ਚੱਲਣ ਦੇਵਾਂਗੇ। ਬਹੁਤ ਵੱਡਾ ਅਹਿਸਾਸ ਹੈ, ਇਹ ਬਹੁਤ ਵੱਡਾ ਅਹਿਸਾਸ ਹੈ। ਪਹਿਲੀ ਗੱਲ ਤਾਂ ਇਹ ਕਿ ਅੰਮ੍ਰਿਤਪਾਲ ਅਤੇ NSA ਕਿਸ ਆਧਾਰ 'ਤੇ ਲਾਇਆ ਗਿਆ, ਐਡੀ ਕੋਈ ਗਤੀਵਿਧੀ ਸ਼ਾਮਲ ਨਹੀਂ ਹੋਈ। ਦੂਜੀ ਗੱਲ, ਅੰਮ੍ਰਿਤਪਾਲ ਨੂੰ ਕਿਉਂ ਅੱਜ ਵਾਰ ਵਾਰ ਟਾਰਗੇਟ ਕੀਤਾ ਜਾਂਦਾ? ਮੋਹਾਲੀ ਦੇ ਵਿੱਚ ਐਡਾ ਵੱਡਾ ਓਪਰੇਸ਼ਨ ਚਲਾਇਆ, ਇੱਕ ਔਰਤ ਅਤੇ ਇੱਕ ਬੰਦਾ ਗ੍ਰਿਫਤਾਰ ਕੀਤੇ, ਕਿਉਂ ਜੀ? ਕਹਿੰਦੇ ਉਹਨਾਂ ਨੇ ਅੰਮ੍ਰਿਤਪਾਲ ਦਾ ਸਾਥ ਦਿੱਤਾ, ਜੋਗਾ ਸਿੰਘ ਗ੍ਰਿਫਤਾਰ ਕੀਤਾ। ਸੋ ਗੁਰਮੁਖੋ,
ਯਾਦ ਰੱਖੋ ਇਹ ਕੁਝ ਦਿਨਾਂ ਬਾਅਦ ਸ਼ੁਰਲੀ ਲਿਆ ਕੇ ਕਿਉਂ ਛੱਡ ਦਿੰਦੇ ਨੇ, ਫਲਾਣੇ ਨੂੰ ਗ੍ਰਿਫਤਾਰ ਕੀਤਾ ਜੀ, ਫਲਾਣੇ ਤੋਂ ਪੁੱਛ ਗਿੱਛ ਚੱਲ ਰਹੀ ਹੈ, ਉਹ ਅੰਮ੍ਰਿਤਪਾਲ ਦਾ ਸਾਥੀ ਹੈ ਜੀ, ਉਹ ਫਲਾਣਾ ਜੀ, ਉਹ ਟਿਕੜਾ ਜੀ, ਪਤਾ ਨਹੀਂ ਕਿੱਥੋਂ ਕਿੱਥੋਂ ਲਿਆ ਕੇ ਕੀ ਗੱਲਾਂ ਬਾਤਾਂ ਰੱਖੀਆਂ ਜਾਂਦੀਆਂ ਨੇ, ਕੀ ਗੱਲਾਂ ਬਾਤਾਂ ਥੋਪੀਆਂ ਜਾਂਦੀਆਂ ਨੇ। ਇਹ ਜਾਣ ਬੁੱਝ ਕੇ ਕੀਤਾ ਜਾਂਦਾ ਕਿ ਜੇਕਰ ਤੁਸੀਂ ਵੀ ਅਜਿਹਾ ਕਰਨ ਦੀ ਸੋਚ ਰਹੇ ਹੋ ਜਾਂ ਫਿਰ ਅੰਮ੍ਰਿਤਪਾਲ ਬਾਰੇ ਚੰਗਾ ਸੋਚ ਰਹੇ ਹੋ ਤਾਂ ਤੁਸੀਂ ਮਾੜਾ ਸੋਚੋ, ਇਹ ਅਹਿਸਾਸ ਕਰਾਇਆ ਗਿਆ। ਇਹਨੂੰ ਕਹਿੰਦੇ ਨੇ ਕਿਰਦਾਰ ਕੁਸ਼ੀ, ਇਹਨੂੰ ਕਹਿੰਦੇ ਨੇ ਜਦੋਂ ਬੰਦੇ ਦੀ ਬਣ ਜਾਵੇ ਨਾ ਤਾਂ ਉਹਨੂੰ ਮਾਰ ਕੇ ਨਹੀਂ ਖਤਮ ਕੀਤਾ ਜਾ ਸਕਦਾ, ਉਸ ਬੰਦੇ ਨੂੰ ਭੰਡ ਕੇ ਖਤਮ ਕਰੋ, ਉਸ ਬੰਦੇ ਦੀ ਇੰਨੀ ਕੁ ਸ਼ਖਸੀਅਤ ਵਿਗਾੜ ਦਿਓ ਕਿ ਲੋਕ ਖੁਦ ਕਹਿਣ ਜੀ ਅਸੀਂ ਨਾ ਨਾ ਇਹ ਬੰਦੇ ਨਾਲ, ਜਾਂ ਤਾਂ ਬੰਦੇ ਡਰਦੇ ਉਹਦੇ ਤੋਂ ਵੱਖ ਹੋ ਜਾਣ ਅਤੇ ਜਾਂ ਬੰਦੇ ਉਹਦੇ ਤੋਂ ਨਫ਼ਰਤ ਕਰਨ ਲੱਗ ਜਾਣ ਵੀ ਨਹੀਂ ਨੇ ਆਪਾਂ ਨਹੀਂ ਇਹਦੇ ਨਾਲ ਜਾਣਾ। ਤੁਸੀਂ ਸੋਸ਼ਲ ਮੀਡੀਆ 'ਤੇ ਵੇਖੋ ਉਹਦੀਆਂ ਪੁਰਾਣੀਆਂ ਕੁਝ ਆਡੀਓ, ਪਤਾ ਨਹੀਂ ਉਹ ਡਬ ਕੀਤੀਆਂ ਹੋਈਆਂ ਨੇ, ਹਰੇਕ ਲਿਖ ਦਿੰਦਾ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ। ਫਲਾਣਾ ਦੇਖੋ ਜੀ ਅੰਮ੍ਰਿਤਪਾਲ ਕੀ, ਅੰਮ੍ਰਿਤਪਾਲ ਸੌਦਾ ਕਰ ਰਿਹਾ ਜੀ, ਦੇਖੋ ਜੀ ਅੰਮ੍ਰਿਤਪਾਲ ਔਰਤਾਂ ਦੇ ਨਾਲ ਗੱਲਾਂ ਕਰਦਾ ਜੀ, ਦੇਖੋ ਔਰਤਾਂ ਦੇ ਪ੍ਰਤੀ ਅੰਮ੍ਰਿਤਪਾਲ ਦੀ ਸੋਚ ਕਿਹੋ ਜੀ ਆ। ਮੈਂ ਕਹਿੰਦਾ ਇਹ ਸਭ ਕੁਝ ਹੁਣੀ ਕਿਉਂ ਵਾਇਰਲ ਹੋਣ ਲੱਗ ਪਿਆ, ਹੁਣ ਹੀ ਕਿਉਂ ਵਾਇਰਲ ਹੋਣ ਲੱਗ ਪਿਆ, ਇਹ ਸਭ ਤੋਂ ਵੱਡਾ ਸਵਾਲ ਹੈ ਗੁਰਮੁਖ ਪਿਆਰਿਓ। ਇਹ ਉਦੋਂ ਕਿਉਂ ਨਹੀਂ ਹੁੰਦਾ ਜਦੋਂ ਬੰਦਾ ਟੌਪ 'ਤੇ ਹੁੰਦਾ, ਉਦੋਂ ਪਤਾ ਹੁੰਦਾ ਵੀ ਛਿੱਤਰ ਪੈਣਗੇ, ਉਦੋਂ ਪਤਾ ਹੁੰਦਾ ਵੀ ਅਸੀਂ ਜੇ ਕਰਾਂਗੇ ਨਾ ਤਾਂ ਸਾਨੂੰ ਖਮਿਆਜ਼ਾ ਭੁਗਤਣਾ ਪੈਣਾ। ਇਹ ਸਭ ਕੁਝ ਬੰਦੇ ਦੇ ਬਾਅਦ ਵਿੱਚ ਹੀ ਕਿਉਂ ਹੋਣ, ਅੱਜ ਹੀ ਅੰਮ੍ਰਿਤਪਾਲ ਦੀਆਂ ਆਡੀਓ ਵੀਡੀਓ ਵਾਇਰਲ ਕਿਉਂ ਹੋਣ ਲੱਗ ਗਈਆਂ, ਅੱਜ ਹੀ ਇਹ ਸਾਰਾ ਕੁਝ ਵਾਇਰਲ ਕਿਉਂ ਹੋਣ ਲੱਗ ਪਿਆ, ਸੋਚ ਕੇ ਵੇਖੋ ਜਰਾ। ਜਦੋਂ ਬੰਦਾ ਆਪਣੀ ਹੋਂਦ ਦੀ ਗੱਲ ਕਰ ਰਿਹਾ, ਵੱਖਰੇਪਣ ਦੀ ਗੱਲ ਕਰ ਰਿਹਾ, ਅਤੇ ਉਦੋਂ ਕਿਉਂ ਨਹੀਂ ਚੱਲਦਾ ਇਹ ਸਭ ਕੁਛ, ਅਤੇ ਉਦੋਂ ਆਜ਼ਾਦ ਹੁੰਦਾ ਅਤੇ ਅੱਜ ਹੀ ਕਿਉਂ ਹੋਣ ਲੱਗ ਪਿਆ। ਅੱਜ ਇਹ ਸਭ ਸੋਚੀ ਸਮਝੀ ਸਾਜਿਸ਼ ਹੈ, ਸਭ ਤੋਂ ਵੱਡੀ ਸਾਜਿਸ਼ ਹੈ ਗੁਰਮੁਖੋ, ਕਿ ਅਹਿਸਾਸ ਹੈ ਸਭ ਤੋਂ ਵੱਡਾ। ਜੇ ਤੁਸੀਂ ਇੱਦਾਂ ਕਰੋਗੇ ਤਾਂ ਇਹ ਸਭ ਕੁਛ, ਤਿਆਰ ਰਹੋ ਭੁਗਤਣ ਦੇ ਲਈ, ਸਭ ਕੁਛ ਤਿਆਰ ਰੱਖਣਾ ਪਊਗਾ। ਅੰਮ੍ਰਿਤਪਾਲ ਦੀ ਭਾਲ ਕਰਕੇ ਸਾਨੂੰ ਵਿਖਾਈ ਜਾ ਰਹੀ ਹੈ, ਕੀ ਪਤਾ ਕਸਟਡੀ ਦੇ ਵਿੱਚ ਹੀ ਇਹਨਾਂ ਦੇ ਕੋਲ ਹੀ ਹੈ। ਤੁਸੀਂ ਪੱਪਲਪ੍ਰੀਤ ਦੇ ਮਾਮੇ ਦਾ ਕਦੇ ਬਿਆਨ ਸੁਣਿਓ, ਉਹਨੇ ਕਿਹਾ ਕਹਿੰਦਾ ਮੈਨੂੰ ਨਹੀਂ ਲੱਗਦਾ ਕਿ ਪੱਪਲਪ੍ਰੀਤ ਗ੍ਰਿਫਤਾਰ ਹੋਇਆ, ਤਾਜ਼ਾ ਹੋਇਆ, ਮੈਨੂੰ ਲੱਗਦਾ ਵੀ ਇਹਨਾਂ ਕੋਲ ਪਹਿਲਾਂ ਦਾ ਸੀ। ਕਹਿੰਦਾ ਜਿਸ ਤਰ੍ਹਾਂ ਉਹਦੀ ਬੋਲ ਬਾਣੀ ਆ ਨਾ, ਉਹ ਕਹਿ ਰਿਹਾ ਮੈਂ ਚੜ੍ਹਦੀ ਕਲਾ ਦੇ ਵਿੱਚ ਆ, ਉਹ ਮੈਸੇਜ ਦੇਣਾ ਚਾਹੁੰਦਾ ਸੀ ਵੀ ਮੈਂ ਠੀਕ ਠਾਕ ਹਾਂ, ਮੈਂ ਪਹਿਲਾਂ ਦਾ ਗ੍ਰਿਫਤਾਰ ਹਾਂ। ਅਤੇ ਹੋ ਸਕਦਾ ਅੰਮ੍ਰਿਤਪਾਲ ਵੀ ਇਹਨਾਂ ਕੋਲ ਹੀ ਹੋਵੇ, ਸਾਡੇ ਵਿੱਚ ਦਹਿਸ਼ਤ ਫੈਲਾਉਣ ਲਈ ਮਾਹੌਲ ਬਣਾਇਆ ਜਾ ਰਿਹਾ, ਕ੍ਰੀਏਟ ਕੀਤਾ ਜਾ ਰਿਹਾ ਮਾਹੌਲ, ਕ੍ਰੀਏਟ ਕੀਤਾ ਗਿਆ ਮਾਹੌਲ ਵੀ ਦੇਖੋ ਜੀ ਅਸੀਂ ਐਂ ਕਰ ਰਹੇ ਹਾਂ ਜੀ, ਅਸੀਂ ਫਲਾਣਾ ਕਰ ਰਹੇ ਹਾਂ ਜੀ, ਅਸੀਂ ਇੰਨਾ ਕੁਝ ਕਰ ਲਿਆ ਜੀ, ਇੰਨਾ ਕੁਝ ਬਣਾਉਣ ਜਾ ਰਹੇ ਹਾਂ ਜੀ, ਇਹ ਸਭ ਕੁਝ ਬਣਨ ਜਾ ਰਿਹਾ, ਇਹ ਸਭ ਕੁਝ ਨਹੀਂ ਬਣਨ ਜਾ ਰਿਹਾ, ਸੋਚ ਕੇ ਵੇਖੋ ਖਾਂ, ਇੱਕ ਵਾਰ ਵਿਚਾਰ ਕੇ ਵੇਖੋ ਖਾਂ। ਹੁਣ ਅੰਮ੍ਰਿਤਪਾਲ ਕਿੱਥੇ ਹੈ, ਕੀ ਇੱਕ ਮਹੀਨਾ ਹੋ ਗਿਆ ਸਾਡੇ ਕੋਲ ਇੰਨੀ ਵੱਡੀ ਇੰਟੈਲੀਜੈਂਸ ਨਹੀਂ ਹੈਗੀ ਕਿ ਅਸੀਂ ਅੰਮ੍ਰਿਤਪਾਲ ਦਾ ਪਤਾ ਲੱਭ ਸਕੀਏ, ਸਾਡੇ ਕੋਲ ਇੰਨਾ ਹਜੇ ਸਿਸਟਮ ਬਣਿਆ ਹੀ ਨਹੀਂ ਕਿ ਅਸੀਂ ਅੰਮ੍ਰਿਤਪਾਲ ਨੂੰ ਖੰਗਾਲ ਸਕੀਏ, ਸੋਚ ਕੇ ਵੇਖੋ ਇਹ ਕਿੱਡੀ ਵੱਡੀ ਸਾਜਿਸ਼ ਹੈ। ਕੀ ਅੰਮ੍ਰਿਤਪਾਲ ਨੂੰ ਫੜਨ ਲਈ ਇੰਨਾ ਵੱਡਾ ਓਪਰੇਸ਼ਨ ਕੀਤਾ, ਕੀ ਫਾਇਦਾ ਹੋਇਆ, 80,000 ਪੁਲਿਸ ਮੁਲਾਜ਼ਮ ਲੱਗ ਗਏ, ਇੱਕ ਬੰਦੇ ਨੂੰ ਨਹੀਂ ਫੜ ਸਕੇ। ਅੱਜ ਇੱਕ ਮਹੀਨਾ ਪੂਰਾ ਹੋ ਚੱਲਿਆ, ਕੀ ਇੱਕ ਬੰਦਾ ਕਾਬੂ ਨਹੀਂ ਆ ਰਿਹਾ, ਉਹਦੀ ਲੋਕੇਸ਼ਨ ਟਰੇਸ ਨਹੀਂ ਹੋ ਰਹੀ, ਉਹਨੂੰ ਅਸੀਂ ਫੜਨ ਦੇ ਵਿੱਚ ਨਾਕਾਮਯਾਬ ਹਾਂ, ਇਹ ਸਭ ਤੋਂ ਵੱਡੀ ਬੇਇੱਜ਼ਤੀ ਹੈ। ਇੱਕ ਮਹੀਨਾ ਹੋ ਗਿਆ ਬੰਦਾ ਫਰਾਰ ਹੈ ਅਤੇ ਅਸੀਂ ਉਹਨੂੰ ਫੜ ਨਹੀਂ ਸਕੇ, ਅੰਮ੍ਰਿਤਪਾਲ ਕਿੱਥੇ ਹੈ, ਕਿਵੇਂ ਲੱਭੀਏ, ਇਹ ਸਵਾਲ ਕੌਣ ਦੂਰ ਕਰੇਗਾ। ਜੇ ਇਹਨਾਂ ਦੇ ਮਨ ਦੇ ਵਿੱਚ ਹੀ ਦੁਬਦਾ ਆ ਤਾਂ ਦੱਸੋ ਜੀ ਫਿਰ ਕਿਵੇਂ ਕਰੀਏ ਹੱਲ।
ਇਸ ਕਰਕੇ ਅੰਮ੍ਰਿਤਪਾਲ ਜਿੱਥੇ ਹੋਵੇ ਨਾ ਹੋਵੇ, ਪਰ ਜਿਹੜਾ ਮਾਹੌਲ ਸਿਰਜਿਆ ਗਿਆ ਨਾ, ਇਸ ਮਾਹੌਲ ਦਾ ਸਾਨੂੰ ਵਿਰੋਧ ਕਰਨਾ ਪਊਗਾ। ਅਤੇ ਯਾਦ ਰੱਖਿਓ, ਇਹ ਸਾਡੀ ਹੋਂਦ ਨੂੰ, ਸਾਡੀ ਕਿਰਦਾਰ ਕੁਸ਼ੀ ਕਰਨ ਦੀਆਂ ਤਿਆਰੀਆਂ ਜੋ ਲੀਕੀਆਂ ਜਾ ਰਹੀਆਂ ਨੇ, ਇਹਦੇ ਲਈ ਸਾਨੂੰ ਲਾਮਬੰਦ ਹੋਣਾ ਪਊਗਾ। ਸੋ ਪਿਆਰਿਓ, ਹਜੇ ਵੀ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਆਪਾਂ ਕੋਈ ਨਾ ਕੋਈ ਪੁਖਤਾ ਜਿਹੜਾ ਉਹ ਫੈਸਲਾ ਲਈਏ, ਨਹੀਂ ਫਿਰ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਉੱਪਰ ਇਹ ਸਾਰੀਆਂ ਜਬਰਨ ਚੀਜ਼ਾਂ ਲਾਗੂ ਕਰਕੇ ਸਾਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।